लो जी, मैं थोड़ा अपना टली राम से प्रोग्राम लेके हाजिर है। कौन बनूगा पेट्रोल पति? लो जी, नमस्कार, आदाब ते सत श्री अकाल प्यारे दोस्तों, खास करके साडे NRI भैणों भराओ, मैं थोड़ा सारिआं दा बहुत शुक्रगुजार है कि तुसीं पंजाबी माँ बोली नूं विदेशां विच इन्ना माण सन्मान दवाया। अजी थोड़े सारे दे कर्जदार है, अजी थोड़ा देना दे नहीं सकते, क्योंकि पंजाबी माँ बोली दा सन्मान तुसीं बरकरार रख्या विदेशां जा के, तुसीं सल्यूट दे हकदार हो। बाकी गल इदां है जी, भी पंजाब च रह के इत्थे कुड़ियां भी ते नाल नाल मुंडे भी पंजाबी माँ बोली दा पता नहीं की करी जांदे आ। मैं किहड़े किहड़े शब्द की गल करां, किहड़े किहड़े लफ्ज़ की गल करां, एक तां मैं थोड़े नाल सांझी करना चाहुंदा ਵੀ ਇੱਕ ਸਾਡੇ ਗੁਰੂਆਂ ਨੇ ਸਾਨੂੰ ਕਿੰਨਾ ਵਧੀਆ ਦਿੱਤਾ, ਸਤਿ ਸ਼੍ਰੀ ਅਕਾਲ ਜੀ। ਅਤੇ ਇੱਥੇ ਕੁੜੀਆਂ ਮੁੰਡੇ ਕੀ ਕਰੀ ਜਾਂਦੇ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਸਤਿ ਸ਼੍ਰੀ ਅਕਾਲ ਕੀ ਹੁੰਦਾ? ਇਹ ਸੋਹਣਾ ਲਫ਼ਜ਼ ਹੈ, ਸਤਿ ਸ਼੍ਰੀ ਅਕਾਲ ਜੀ। ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਪੰਜਾਬ 'ਚ ਰਹਿੰਦੇ ਭੈਣ ਭਰਾਵਾਂ ਨੂੰ, ਭਈ ਸੋਹਣੀ ਪੰਜਾਬੀ ਬੋਲੋ, ਕਿਉਂਕਿ ਸਾਡੀ ਪੰਜਾਬੀ ਮਾਂ ਬੋਲੀ ਕਿੰਨੀ ਅਮੀਰ ਹੈ, ਅਮੀਰ ਵਿਰਸਾ। ਸਾਡੇ ਕੋਲ ਇੱਧਰ ਉੱਧਰ ਲਫ਼ਜ਼ ਮੰਗ ਕੇ ਲਿਆਉਣ ਦੀ ਕੋਈ ਲੋੜ ਹੀ ਨਹੀਂ, ਸਾਡੇ ਕੋਲ ਤਾਂ ਆਪਣੇ ਖਜ਼ਾਨੇ ਭਰੇ ਪਏ ਆ। ਇਸ ਕਰਕੇ ਭਾਈ ਸਾਹਿਬ, ਇਹ ਸਾਡੀ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਮਾਂ ਬੋਲੀ ਰਹਿਣ ਦਿਓ, ਅਤੇ ਇਹਨੂੰ ਇੱਦਾਂ ਅਮੀਰ ਰਹਿਣ ਦਿਓ। ਤੁਹਾਡੀ ਬਹੁਤ ਮਿਹਰਬਾਨੀ, ਸ਼ੁਕਰੀਆ। ਬਾਕੀ ਗੱਲ ਇੱਦਾਂ ਜੀ, ਕਿ ਮੰਗਣ ਮੰਗਾਉਣ ਦਾ ਮੇਰੇ ਦਿਮਾਗ 'ਚ ਤਾਂ ਆ ਗਿਆ, ਕਿਉਂਕਿ ਸਾਡਾ ਅੱਜ ਦਾ ਟੋਪਿਕ ਹੀ ਇੱਦਾਂ ਦਾ, ਕੌਣ ਬਣੂਗਾ ਪੈਟਰੋਲ ਪਤੀ। ਇਹਦੇ 'ਚ ਆ ਰਹੀ ਅੱਜ ਇੱਦਾਂ ਦੀ ਸ਼ਖਸੀਅਤ ਜਿਹਦੇ ਬਾਰੇ ਮੈਂ ਕੀ ਦੱਸਾਂ, ਪਰ ਕਹਿੰਦੇ ਜਿਹੜਾ ਹੱਸਦਾ ਨਾ ਰੋਂਦਾ, ਜਿਹੜਾ ਕਦੇ ਨਹੀਂ ਨਹਾਉਂਦਾ, ਜਦੋਂ ਦੇਖੋ ਇੱਦਾਂ ਇੱਦਾਂ ਕਰਦਾ ਆਉਂਦਾ। ਮੈਂ ਕਿਹਾ ਜਿਹੜਾ ਆਉਂਦਾ ਨਹੀਂ ਆਪਣੇ ਕੰਮਾਂ ਤੋਂ ਬਾਜ, ਕਰਦਾ ਰਹਿੰਦਾ ਹਰ ਵੇਲੇ ਆਪਣੇ ਖਾਜ, ਆ ਰਿਹਾ ਜੀ ਮੰਗਤਾ ਚਾਂਦ ਰਾਜ। ਉਹ ਮੈਂ ਕਹਿੰਦਾ ਭਾਈ ਸਾਹਿਬ ਜਾਣ ਦੇ, ਇੱਥੇ ਆ ਕੇ ਵੀ ਕੋਈ ਮੰਗਣਾ ਸ਼ੁਰੂ ਕਰਦਾ। ਉਹ ਭਾਈ ਸਾਹਿਬ ਚਾਂਦ ਜੀ ਦੇਖੋ ਕੈਸਾ ਨਾਂ ਰੱਖਿਆ, ਚਾਂਦ ਜਿਹੜਾ ਸਾਰੀ ਦੁਨੀਆ ਨੂੰ ਰੌਸ਼ਨੀ ਬਣਦਾ, ਇਹ ਆਪ ਮੰਗਦਾ ਫਿਰਦਾ। ਗੱਲਾਂ ਥੋੜੀ ਮੰਗਦਾ, ਆ ਨੇਤਾ ਵੋਟਾਂ ਮੰਗਦੇ ਆ, ਹਾਂਜੀ, ਆ ਜਿਹੜੇ ਅਸੀਂ ਬਾਕੀ ਸਾਰੇ ਰੱਬ ਕੋਲੋਂ ਮੰਗਦੇ ਆ, ਇਹ ਮੈਨੂੰ ਸਾਰਿਆਂ ਦੇ ਰੱਬ ਨਜ਼ਰ ਆਉਂਦਾ। ਮੰਗਣਾ ਸ਼ੁਰੂ ਕਰਤਾ, ਠੀਕ ਹੈ ਜੀ। ਤੁਹਾਡਾ ਸਵਾਗਤ ਹੈ, ਤੁਹਾਨੂੰ ਪਤਾ ਵੀ ਕੌਣ ਬਣੂਗਾ ਪੈਟਰੋਲ ਪਤੀ ਚ, ਤੇ ਅੱਜ ਦੇਖੋ ਤੁਹਾਡਾ ਕੀ ਬਣਦਾ। ਤੇ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡਾ ਸਵਾਗਤ ਕਰਦੇ ਹਾਂ। ਹੈ ਮੈਂ ਕਿਹਾ ਜੀ ਕਮਾਲ ਹੋ ਗਈ, ਇਹ ਤੁਸੀਂ ਮੰਗਦੇ ਕਿਹੜੇ ਸਟਾਈਲ ਦੇ ਆ? ਮੈਂ ਕਿਹਾ ਜੀ ਪਹਿਲੋਂ ਜਿਹੜੇ ਮੰਗਦੇ ਹੁੰਦੇ ਸੀਗੇ ਕਟੋਰੇ ਕਟੋਰੇ ਜੇ, ਜਾਂ ਕੋਈ ਹੋਰ ਆਪਣਾ ਦੇਸੀ ਭਾਂਡਾ ਲਈ ਫਿਰਦੇ ਹੁੰਦੇ, ਤੁਸੀਂ ਇਹ ਚਾਈਨੀਜ਼ ਕੌਲੀ ਜੀ ਕੀ ਫਿਰਦੇ ਆ, ਕੀ ਚੱਕਰ ਹੈ? ਦੇਖੋ ਟਲੀ ਰਹਿਣ ਦੀ ਗੱਲ ਹੈਗੀ ਇਸ ਤਰ੍ਹਾਂ, ਅੱਜ ਕੱਲ੍ਹ ਲੋਕਾਂ ਦਾ ਭਰੋਸਾ ਨਹੀਂ ਰਿਹਾ। ਅੱਛਾ, ਜਿੱਦਾਂ ਮੈਂ ਤੁਹਾਡੇ ਕੋਲ ਅੱਜ ਪੈਸੇ ਮੰਗੇ, ਅੱਜ ਪੈਸੇ ਤੁਸੀਂ ਦੇ ਦਿੱਤੇ, ਕੱਲ੍ਹ ਤੁਸੀਂ ਦੇਣੇ ਕਿ ਨਹੀਂ ਦੇਣੇ ਗਰੰਟੀ ਨਹੀਂ ਹੈਗੀ। ਅੱਛਾ, ਲੋਕੀ ਚਾਈਨੀਜ਼ ਹੋ ਗਏ, ਅਸੀਂ ਕੌਲੀਆਂ ਚਾਈਨੀਜ਼ ਰੱਖ ਲਈਆਂ। ਲਓ ਜੀ ਚਾਂਦ ਜੀ, ਮੈਂ ਕਿਹਾ ਤੁਹਾਡੀ ਇਸ ਗੱਲ 'ਤੇ ਤਾਂ ਤਾਲੀਆਂ ਵੱਜਦੀਆਂ, ਪਰ ਆਪਾਂ ਤੁਹਾਡੇ ਸਵਾਲਾਂ ਦੇ ਜਵਾਬਾਂ 'ਤੇ ਤਾਲੀਆਂ ਵਜਾਵਾਂਗੇ, ਠੀਕ ਹੈ ਜੀ? ਲਓ ਜੀ ਪ੍ਰੋਗਰਾਮ ਸ਼ੁਰੂ ਕਰੀਏ, ਕੌਣ ਬਣੂਗਾ ਪੈਟਰੋਲ ਪਤੀ। ਲਓ ਜੀ ਸਭ ਤੋਂ ਪਹਿਲਾ ਸਵਾਲ ਤੁਹਾਡੀ ਅਤੇ ਸਾਡੀ ਕੰਪਿਊਟਰ ਸਕਰੀਨ 'ਤੇ, ਇਹ ਆਪਣੀ ਸਾਂਝੀ ਹੈ, ਮੈਨੂੰ ਮੰਗ ਕੇ ਲਿਆ ਵੀ, ਉਹ ਨਹੀਂ ਉਹ ਇਹ ਨਹੀਂ ਬੈਲੀ, ਇਹ 'ਚੋਂ ਸਵਾਲ ਕੱਢਿਆ ਗਿਆ ਆਪਾਂ। ਲਓ ਜੀ ਸਭ ਤੋਂ ਪਹਿਲਾਂ ਸਵਾਲ ਹੈਗਾ ਤੁਹਾਡੀ ਕੰਪਿਊਟਰ ਸਕਰੀਨ 'ਤੇ ਆ ਰਿਹਾ, ਭਾਈ ਤੁਸੀਂ ਮੰਗਦੇ ਕਿਉਂ ਆ? ਓਏ ਮੈਂ ਕਿਹਾ ਪਹਿਲਾਂ ਭਾਈ ਸਾਹਿਬ ਸਾਡੇ ਕੋਲ ਆਪਸ਼ਨ ਹੈਗੇ ਹੈ, ਆਪਸ਼ਨ ਇਹ ਹੈਗਾ ਵੀ ਆਦਤ ਪਾ ਚੁੱਕੀ ਹੈ, ਤੇ ਲੋਕ ਵੀ ਹੈ ਵੀ ਲੋਕ ਦੇਈ ਜਾਂਦੇ ਆਰਾਮ ਨਾਲ ਜੀ, ਜੇ ਕੋਈ ਮੰਗੋ ਅਗਲਾ ਦੇ ਦਿੰਦਾ ਪਿਆ, ਲੋਕਾਂ ਨੂੰ ਸਾਨੂੰ ਠੀਕ ਹੈ। ਹਾਂ ਤੇ ਬੀ ਆਪਸ਼ਨ ਹੈਗਾ ਲੋਕ ਦਿੰਦੇ ਆ ਜੀ, ਤੇ ਆਪਸ਼ਨ ਸੀ ਹੈਗਾ ਜੀ ਕਿਉਂਕਿ ਬੈਠ ਕੇ ਖਾਣ ਦੀ ਆਦਤ ਪੈ ਗਈ ਹੈ। ਠੀਕ ਹੈ,
ਨਾਲੇ ਮੈਂ ਕਿਹਾ ਜੀ ਆਪਸ਼ਨ ਆਪਣਾ ਡੀ ਵੀ ਸੁਣ ਲਓ ਭਾਈ ਸਾਰੇ ਮੰਗਦੇ ਆ ਬਿਲਕੁਲ ਸਹੀ ਗੱਲ ਆ ਸਾਰੇ ਮੰਗਦੇ ਆ ਇਹਨਾਂ ਜੋ ਤੁਸੀਂ ਦੱਸੋ ਵੀ ਤੁਹਾਡਾ ਸਵਾਲ ਦਾ ਜਵਾਬ ਕੀ ਹੈਗਾ ਤਾਂ ਕਿ ਆਪਾਂ ਲੌਕ ਕਰੀਏ ਤੇ ਤੁਹਾਨੂੰ ਬਣਾ ਦਈਏ ਪੈਟਰੋਲ ਪਤੀ ਨਹੀਂ ਜੇ ਮੈਂ ਜਵਾਬ ਦਿੱਤਾ ਤੇ ਮੈਨੂੰ ਲੌਕ ਕਰ ਦੇਣਾ ਉਹ ਮੈਂ ਕਿਹਾ ਜੀ ਆਪਾਂ ਸਵਾਲ ਨੂੰ ਲੌਕ ਕਰਾਂਗੇ ਭਾਈ ਸਾਹਿਬ ਕਮਾਲ ਕਰੀਏ ਨਹੀਂ ਯਾਰ ਮੈਂ ਡਰ ਗਿਆ ਮੈਂ ਕਿਹਾ ਤੇ ਮੈਨੂੰ ਨਾ ਲੌਕ ਕਰ ਦਿਓ ਹਾਂ ਚਲੋ ਜੀ ਦੱਸੋ ਇਹ ਜਵਾਬ ਹੈਗਾ ਜੀ ਇਹਦਾ ਹਾਂ ਆਪਸ਼ਨ ਕੀ ਦੱਸੀ ਸੀਗੀ ਉਹ ਮੈਂ ਕਿਹਾ ਆਪਸ਼ਨਾਂ ਚਾਰ ਦੱਸੀਆਂ ਸੀਗੀਆਂ ਪੜ੍ਹ ਲਓ ਤੁਸੀਂ ਮੈਨੂੰ ਇੱਕ ਦੱਸ ਦਿਓ ਜੋ ਕਮਾਲ ਕਰੀਏ ਨਹੀਂ ਯਾਰ ਤੁਸੀਂ ਇਹਦੇ 'ਚ ਆਪਸ਼ਨ ਹੈਗੀ ਜੀ ਕਿਉਂਕਿ ਆਦਤ ਬਣ ਚੁੱਕੀ ਹੈ ਅੱਛਾ ਆਦਤ ਬਣ ਚੁੱਕੀ ਹੈ ਉਹਦੇ ਤੋਂ ਬਾਅਦ ਲੋਕਾਂ ਨੂੰ करो सारे मंगदे आ डी ऑप्शन लॉक कर दियो लो जी मेरा दिल करता जी थोड़ा मैं कुछ ना कुछ दे दिया थोड़े कटोरे च पा दिया क्योंकि थोड़ा ऑप्शन डी बिल्कुल ठीक है क्योंकि सारे मंगते भाई साहब इतने है जी इतने देखो वोटा मंगी जाते हैं बाहर जाने लिए जट नोट मंगी जाते हैं जी तो होर देखो घर घर जाके लीडर जाके वोटा मंगते फिरते हैं कुछ ना कुछ मिली है ना रिश्वत मंगी जाते हाँ ठीक है जी थोड़ा ऑप्शन बिल्कुल ठीक है अच्छा भाई साहब मैं चांद राज जी तुम इतने आए हैं तो आप सिर्फ सवालों के जवाब नहीं लेने थोड़े को आप थोड़ी जी गल भी सुननी है मैं ये सुनना चाहना भाई भाई साहब तुम अपनी इस जून तो खुश हो मंगते वाली जून तो खुश हो तुम देखो जी जून तो खुश कोई नहीं होता क्योंकि जून से गर्मी बहुत पैनी होगी और मैं जून की गल यार जी बंदे की जून जी बंदे की जून होती है वो गल करता भी तू अपनी इस जून तो खुश है अच्छा जोड़ी 84 रख दूंगा हां 84 होती है अच्छा तो और ही तू जी देखो ये जड़ी जून है ना हुन चंगा थोड़ी लगदा है कभी कहीं मरे हाथे आड लाने कभी कहीं मरे हाथे आड लाने अच्छा अभी थोड़ा दिल करता जेब भी जाट पाग रखे लोग की आप पैसे देके जाओ ठीक है कि पर ही चंग हो गए लोग का हाथ कर करके मैं एक दिन रब की प्रार्थना की थी अच्छा मेरे के रब आ गया रब ने आगे पूछा भी की चाहिए तेन राशन सानू अच्छा चाहिए की है रब प्रकट हो गया हां जी ठीक है मैं रब ने अगे बेनती की थी मैं कहा रब जी मैं कहा मैं मखीली वाली बना दो सांप ਸੱਪ ਬਣਾ ਦਿਓ ਮੈਂ ਕਿਹਾ ਮੇਰੇ ਦੁਸ਼ਮਣ ਬਹੁਤ ਹੋ ਗਿਆ ਅੱਛਾ ਮੈਂ ਕਿਹਾ ਮੈਂ ਕੱਲੇ ਕੱਲੇ ਦੀ ਜਾ ਕੇ ਮਰੂੰਗਾ ਡੰਪ ਅੱਛਾ ਰੱਬ ਨੇ ਮੰਨ ਲਈ ਉਹਨੇ ਮੈਨੂੰ ਬਣਾਤਾ ਸੱਪ ਸੱਪ ਬਣ ਗਿਆ ਮੈਂ ਸੱਪ ਬਣਿਆ ਗੁੱਸੇ ਦੇ ਇਤਨਾ ਫਨ ਚੱਕੇ ਹਾਂ ਗੁੱਸੇ ਦੇ ਨਾਲ ਜਾਣ ਨੇ ਫੂਕਾ ਮਾਰਦਾ ਪੂਰੇ ਗੁੱਸੇ ਦੇ ਨਾਲ ਜਦ ਮੈਂ ਜਾਣ ਦਿਆ ਨਾ ਤੇ ਅੱਗੇ ਲੱਗਾ ਹੋਇਆ ਸੀ ਮੋੜ ਤੇ ਲੰਗਰ ਲੰਗਰ ਲਗਾਇਆ ਜਦੋਂ ਲੰਗਰ ਦੇਖਾ ਨੇ ਤੇ ਮੇਰਾ ਗੁੱਸਾ ਉਤਰ ਕੇ ਮੈਂ ਕਰ ਲਿਆ ਮੇਰਾ ਚਲੋ ਲੰਗਰ ਹੀ ਪਾ ਲਿਆ ਉਹ ਮੈਂ ਕਿਹਾ ਚਾਂਦ ਰਾਜ ਇਹਨਾਂ ਨੂੰ ਕਮਾਲ ਹੀ ਕਰਦੀ ਹੈ ਜਾਣੀ ਕਿ ਅੰਦਰਲਾ ਮੰਗਤਾ ਫੇਰ ਜਾਗ ਪਿਆ ਇੱਦਾਂ ਤੋਂ ਇੱਦਾਂ ਮਿੰਟ 'ਚ ਹੋ ਗਿਆ ਠੀਕ ਹੈ ਜੀ ਲਓ ਜੀ ਪਿਆਰੇ ਦਰਸ਼ਕੋ ਇਹ ਹੈ ਸਾਡੇ ਮੰਗਤਾ ਚਾਂਦ ਰਾਜ ਜੀ ਅਤੇ ਪ੍ਰੋਗਰਾਮ ਹੈਗਾ ਕੌਣ ਬਣੂਗਾ ਪੈਟਰੋਲਪਤੀ ਅਤੇ ਅਗਲਾ ਸਵਾਲ ਤੁਹਾਡੀ ਕੰਪਿਊਟਰ ਸਕਰੀਨ 'ਤੇ ਆ ਰਿਹਾ ਜੀ ਹਾਂਜੀ ਤੁਸੀਂ ਕਿੱਦਾਂ ਦੇ ਲੋਕਾਂ ਕੋਲੋਂ ਮੰਗਦੇ ਆ ਉਹ ਮੈਂ ਕਿਹਾ ਆਪਸ਼ਨ ਸੁਣ ਲਓ ਭਾਈ ਸਾਹਿਬ ਇਹ ਆਪਸ਼ਨ ਇਹ ਹੈਗਾ ਵੀ ਜਿਹੜੇ ਤਰਸ ਦੀਆਂ ਨਿਗਾਹਾਂ ਦੇਖਦੇ ਹੋਣ ਆਪਸ਼ਨ ਬੀ ਹੈਗਾ ਵੀ ਜਿਹੜੇ ਲੋਕ ਦੇ ਦੇਣ ਜਿਹੜਾ ਪਤਾ ਵੀ ਬੰਦੇ ਨੇ ਦੇ ਦੇਣੀ ਹੈ ਉਹ ਦੇਖੋ ਮੰਗਦੇ ਆ ਆਪਸ਼ਨ ਸੀ ਹੈਗਾ ਵੀ ਜਿਹੜਾ ਦੇਖਣ ਨੂੰ ਬੰਦਾ ਐਂ ਟਿਪ ਟੋਪ ਅਮੀਰ ਲੱਗੇ ਅਤੇ ਆਪਸ਼ਨ ਡੀ ਹੈਗਾ ਵੀ ਜਿਹੜੇ ਲੋਕ ਇਗਨੋਰ ਕਰਨ ਜਿਹੜਾ ਪਤਾ ਲੱਗ ਜਾਵੇ ਵੀ ਇਗਨੋਰ ਕਰੇ ਪਤਾ ਲੱਗੂਗਾ ਦਊਗਾ ਹੁਣ ਮੈਨੂੰ ਲੱਗਦਾ ਜੀ ਕਿ ਇਹਦੇ 'ਚ ਜਿਹੜਾ ਬੰਦਾ ਅਮੀਰ ਦਿਖਣ ਨੂੰ ਲੱਗਦਾ ਨਾ ਹਾਂ ਅਸੀਂ ਮੇਰੇ ਖਿਆਲ ਨਾਲ ਉਹਦੇ ਕੋਲੋਂ ਜ਼ਿਆਦਾ ਪਤਾ ਕਿਉਂ ਮੰਗਦੇ ਹਾਂ ਦੇਖੋ ਜੀ ਕਿਉਂਕਿ ਹੁਣ ਉਹ ਅਮੀਰ ਹੈ ਨਹੀਂ ਹਾਂ ਉਹ ਦਿਖਣ ਦੀ ਕੋਸ਼ਿਸ਼ ਕਰ ਰਿਹਾ ਅੱਛਾ ਉਹ ਜਦੋਂ ਦਿਖਣ ਦੀ ਕੋਸ਼ਿਸ਼ ਕਰਦਾ ਨਾ ਹਾਂ ਤੇ ਉਹ ਦਿਖਾਉਣ ਦੇ ਚੱਕਰ 'ਚ 400-500 ਰੁਪਏ ਵੱਧ ਬਣਾ ਦਿੰਦਾ ਠੀਕ ਹੈ ਅਸੀਂ ਜਾ ਕੇ ਮੰਗੀ ਜਾ ਦਿਖਣ ਵਾਲੇ ਅਮੀਰ ਲੋਕਾਂ ਕੋਲ ਅੱਛਾ ਅੱਛਾ ਆ ਲੋਕ ਕਰਦੇ ਜਿਹੜੇ ਵੀ ਦੇਖਣ ਨੂੰ ਅਮੀਰ ਲੱਗਦੇ ਆ ਅਮੀਰ ਨਹੀਂ ਜਿਹੜੇ ਦਿਖਣ ਲੱਗਦੇ ਦੇਖਣ ਲੱਗ ਲਓ ਜੀ ਸੀ ਲੋਕ ਕਰ ਦਿਓ ਬਿਲਕੁਲ ਠੀਕ ਜਵਾਬ ਤੁਹਾਡਾ ਆਏ ਆਏ ਕਮਾਲ ਹੈ ਜੀ ਤੁਸੀਂ ਸਾਡਾ ਲਗਭਗ ਪ੍ਰੋਗਰਾਮ ਕੌਣ ਬਣੂਗਾ ਪੈਟਰੋਲਪਤੀ ਜਿੱਤ ਚੁੱਕੇ ਆ ਤੇ ਗੱਲ ਭਾਈ ਸਾਹਿਬ ਏਦਾਂ ਹੈ ਚਾਂਦਰਾ ਜੀ ਭਾਈ ਏਦਾਂ ਹੀ ਨਾ ਇੱਕ ਵਾਰੀ ਮੈਨੂੰ ਮੰਗਦਾ ਟੱਕਰ ਗਿਆ ਕਿਤੇ ਉਹ ਮੈਂ ਕਦੋਂ ਲੰਘਣਾ ਤੇ ਉਹਨੇ ਪਿੱਛੋਂ ਬਾਊ ਜੀ ਚਾਹ ਬਣਾ ਦਿਓ ਉਹ ਮੈਨੂੰ ਤਰਸ ਆ ਗਿਆ ਮਾਂ ਨੂੰ ਚਾਹ ਲੈ ਗਿਆ ਉਹ ਮੈਂ ਕਿਹਾ ਯਾਰ ਚਾਹ ਬਣਾ ਦੇ ਦੂਜੇ ਦਿਨ ਫੇਰ ਬਾਊ ਜੀ ਚਾਹ ਬਣਾ ਦਿਓ
मगर चाह बना दे वो तीन क दिन बनाई चौथे दिन मैं जो तो लंघन लगा पिछों आवाज आई कहता चाह पी ली या पैसे दे दी अगला सवाल साडी कंप्यूटर स्क्रीन ते ए रहा जी चलो ए दस दो थोनू मंग दे शर्म नहीं आती शर्म हो चुके कंप्यूटर देवता जी कंप्यूटर महाशय जी डी मैं बिशर्म हो चुका है लॉक कर दियो कर लो लॉक हो गया जी लॉक ते सवाल तुम्हारा जवाब बिल्कुल ठीक है सारे सही सही गल गई हां मैं कह जी मैं लगता तुम जीत जाना है बाकी सवाल जवाब जिदा आप लगातार ही कभी कहता है आप होर गल्ला बातें भी कर लेते हैं मैं कह जी चांदराज मंगता जी ये दसो भी सवाल जवाब तो चलते रहोगे ये दसो भी थोड़ी जिंदगी कि चलती पी है जिंदगी बहुत चोरी है चलती पी है अच्छा मतलब कि मजेदार है कह लगी पर जिंदगी एटमा ही होनी रहनी थोड़ी मोटी एटमा समझे थी मतलब की जिदा कोई सीन हो गया अच्छा मैंने करी थोड़े दिन पहले पिंड मंगना शुरू किया मैं पिंड गया जो पिंड गया ना मैं उस मैं बुआ गड़काया मैं यार गल सुन मेरी मेरी वोटी घर नहीं है मैं पप्पी मंगी लो जी इदा की गलबात एक मैं भी याद आ गई एक बार भाई साहब इदा एक मंगता सगा वो कहते यार शहर वाले लोग तो कोई दिन नहीं पिंड चलते पिंड वाले लोग दिलदार होते हैं उन्हें मारे पिंड जिसे गए घर चाह तुम आटे की गल की है एक घर गया आ बीबी आटा उन्हें आटा पाता दूजे घर गया बीबी आटा उन्हें आटा पाता और बाऊ जी शाम तक वो 40-45 किलो आटा कट्ठा हो गया वो जो आटा चके जान लगा पिछो फिर किसी ने आवाज पाई बे भाई आटा लेके जाई अगो कहता बीबी आटा तो बहुत हो गया हूँ कोई गुन्नन वाली दे दियो बाकी जुत्तियां पई उसे चिकड़ च पा के लम्बे पा के ठीक है जी बाकी गल इधर पेशे च इधर कमाकारा च इधर जोत पताक होंगी रही अच्छा जी हम आप जो कहो इजाजत दो तो आप अगला सवाल थोड़ा पूछ ली हाँ जी अच्छा मैं अभी बंदा पूरी फीलिंग ले गया ठीक है वो मैं क्या चल साढ़े को आया तो खुश हो जा उधर लोग इधर को जुतियां मार दे लो जी अगला सवाल थोड़ी कंप्यूटर स्क्रीन पर आ गया ਕਿੱਦਾਂ ਦੀਆਂ ਥਾਵਾਂ ਤੇ ਮੰਗਦੇ ਆ ਜੀ ਤੁਸੀਂ ਕਿੱਥੇ ਮੰਗਦੇ ਆ
हाँ जी दसो। देखो ये मतलब कि किधर ये ठावा च मांगदा। हां ए कोई सवाल नहीं होया। अच्छा किते भी मांग सकदा मैं पैसे मेरा मूड़ी आ मैं मांगता हैगा मूड़ी। अच्छा मतलब कि एवे नहीं किते चल जाना। हां बाकी आ मांगता हूं नहीं मैं मानी मतलब कि आई एम लाइक दैट समथिंग ऑन द अच्छा बिचो अंग्रेज भी है अभी बिचो। कंप्यूटर ए ऑप्शन ए बस स्टैंड लॉक कर दियो। बस स्टैंड लॉक नहीं बस स्टैंड जी तुम लॉक करते हो तो बसा बंद हो गई है। जब बसा बंद हो गई तो देखो मैं तुम हम मैंने मोगे बुलाया मैं मोगे वापस जाना तो बस स्टैंड होना तो बस स्टैंड जाना नहीं मैं क्या मैं थोड़ा सा प्रोग्राम तो बाद चू गला करूंगा क्योंकि गला मेरे को बहुत हैगी है प्रोग्राम का टाइम घट है। लो जी ऑप्शन ए बस स्टैंड लॉक हो गया जी तो थोड़ा जान के खुशी होगी ये ऑप्शन बिल्कुल ठीक है जी। नहीं जी मैं चांद मंगता जी अभी तुम दो तीन पड़ाव पार किए हैं एक पड़ाव रह गया है उस तो बाद थोड़ा आप पेट्रोलपति बढ़ा देने ठीक है ठीक है। अच्छा सवाल पूछ लिए जी जी कोई गलबात थोड़ी रह गई अंदर अपने फसी हुई है कोई गलबात हाँ जी सुना दो एक बार ना मैं एक बार दो बार बूहा गड़काया मैं मंगया उन्होंने कोलो। अच्छा उन्होंने नोने मेरी बड़ी बेइज्जती की थी। ठीक है उन्होंने पता नहीं थी मेरा। हाँ। कि मैं तो दिल्ली का मैंने काफी टाइम तो कंटिन्यू। हाँ। मैं इतो मांग लाया। अच्छा ओ कली दफा जाए तो मुंह चक के आए थे कितो कितो। हाँ। मैंने दिल्ली कच्चा कच्चा या फील होया अपना पर ठीक है मैं तो वापस तो पिया। हाँ। जब मैं वापस जाना पाया तो रास्ते तो मेरी ਉਹਦੀ ਜਿਹੜੀ ਸੱਸ ਸੀਗੀ ਉਹ ਮਿਲੀ ਮਤਲਬ ਕਿ ਜਿਹੜੀ ਮੇਰੀ ਉਹ ਸੀਗੀ ਜਿਹਨੇ ਮੈਨੂੰ ਪੱਕੀ ਕਸਟਮਰ ਸੀਗੀ ਮੈਂ ਉਹਨੂੰ ਦੱਸਿਆ ਕਿ ਤੇਰੀ ਨੂੰਹ ਨੇ ਮੇਰੀ ਬੇਇੱਜ਼ਤੀ ਕੀਤੀ ਬਹੁਤ ਜ਼ਿਆਦਾ ਠੀਕ ਹੈ ਉਹ ਮੈਨੂੰ ਕਹਿੰਦੀ ਕਿ ਮੇਰੇ ਨੂੰਹ ਕੌਣ ਦੀ ਆ ਬੇਇੱਜ਼ਤੀ ਕਰਨ ਵਾਲੀ ਕੋਈ ਮੈਂ ਕਿਹਾ ਇਹੀ ਤਾਂ ਮੈਂ ਕਹਿੰਦਾ ਵੀ ਕਹਿੰਦੀ ਮੇਰੇ ਨਾਲ ਚੱਲ ਉਹਨੇ ਬੜਾ ਹੱਥ ਪੜਿਆ ਮੈਨੂੰ ਨਾ ਬੜਾ ਮਾਣ ਜਿਹਾ ਬੜਾ ਫੀਲ ਹੋਇਆ ਯਾਰ ਦੈਟਸ ਇਟ ਹਾਂ ਇਹਦੀ ਇੱਜ਼ਤ ਕੀਤੀ ਉਹ ਮੈਨੂੰ ਜਦੋਂ ਲੈ ਕੇ ਗਈ ਘਰ ਹਾਂ ਤੇ ਉਹ ਮੈਨੂੰ ਦਰਵਾਜ਼ੇ ਬਾਹਰ ਖੜਾ ਕੀਤਾ ਅੰਦਰੋਂ ਫਿਰ ਝਾੜੂ ਲੈ ਕੇ ਆਈ ਕਹਿੰਦੀ ਚੱਲ ਵੇ ਦਫਾ ਹੋ ਜਾ ਇੱਥੋਂ ਮੈਂ ਕਿਹਾ ਆਹ ਕੀ ਗੱਲ ਹੋਈ ਕਹਿੰਦੀ ਆਹੋ ਮੈਂ ਤੈਨੂੰ ਕਹਿੰਦੀ ਸੀ ਮੇਰੀ ਨੂੰਹ ਕੌਣ ਦੀ ਮੈਂ ਤੈਨੂੰ ਕਹਿਣ ਵਾਲੀ ਮੈਂ ਕਹੂੰਗੀ ਮੇਰਾ ਘਰਾ ਲਓ ਜੀ ਇਹ ਹੁੰਦੇ ਹੱਕ ਇਹ ਹੁੰਦੇ ਹਕੂਕ ਭਾਈ ਨੂੰਹ ਸੱਸ ਦੀ ਗੱਲ ਇਹਦਾ ਵੀ ਇਹ ਸੱਸ ਕਹਿੰਦੀ ਮੇਰੇ ਹੁੰਦੇ ਨੂੰਹ ਘਰ 'ਤੇ ਕਬਜ਼ਾ ਕਿੱਦਾਂ ਕਰ ਜੀ ਚਲੋ ਪਰ ਦੋਨਾਂ ਨੇ ਪਰ ਮੈਂ ਤਾਂ ਦੋ ਵਾਰੀ ਜ਼ਲੀਲ ਹੋ ਗਿਆ ਨਾ ਨੂੰਹ ਸੱਸ ਦੇ ਚੱਕਰ 'ਚ ਚਲੋ ਠੀਕ ਹੈ ਜੀ ਤੁਸੀਂ ਹੋ ਗਏ ਲੇਕਿਨ ਇੱਧਰ ਸਾਡਾ ਸਵਾਲ ਬਿਲਕੁਲ ਤਿਆਰ ਹੈ ਤੇ ਤੁਸੀਂ ਜਵਾਬ ਦੇਣਾ ਵੀ ਤੁਸੀਂ ਕਿਸ ਤਰੀਕੇ ਨਾਲ ਮੰਗਦੇ ਹੈ ਆਪਸ਼ਨ ਹੈਗਾ ਜੀ ਇੱਕ ਸਟਾਈਲ ਜਿਹਾ ਹੁੰਦਾ ਆ ਦਿਓ ਬਾਈ ਆਪਸ਼ਨ ਬੀ ਹੁੰਦਾ ਇੱਕ ਚੁੱਪ ਚੁੱਪੀ ਤੇ ਪਰਚੀ ਜੀ ਰੱਖ ਕੇ ਚੱਲ ਜਾਂਦੇ ਬੋਲਦੇ ਹੈ ਜੀ ਪਰਚੀ ਰੱਖ ਕੇ ਚੱਲ ਜਾਂਦੇ ਕਿ ਆਪਸ਼ਨ ਸੀ ਹੈ ਜੀ ਦੂਜੇ ਦੀ ਮਜਬੂਰੀ ਦਿਖਾ ਕੇ ਬਾਈ ਬਾਈ ਮੇਰਾ ਛੋਟਾ ਜਿਹਾ ਬੱਚਾ ਬਾਈ ਉੱਥੇ ਹੋਸਪਿਟਲ ਦਾਖਲ ਆ ਬਾਈ ਕੋਈ ਐਦਾਂ ਬਾਈ ਦੂਜੇ ਦੀਆਂ ਮਜਬੂਰੀਆਂ ਦਿਖਾ ਕੇ ਮੰਗਦੇ ਅਤੇ ਆਪਸ਼ਨ ਡੀ ਹੈਗੀ ਰੋਹ ਨਾਲ ਕਾਡੋ ਪੈ ਮਮਾ ਦਾ ਜ਼ੋਰ ਤੁਹਾਡਾ ਜਵਾਬ ਵਿੱਚੋਂ ਕਿਹੜਾ ਲੌਗ ਕਰੀ ਦੇਖੋ ਆਪਸ਼ਨ ਏ ਸਟਾਈਲ ਨਾਲ ਤੇ ਦੇਖੋ ਮਤਲਬ ਕਦੀ ਕਦੀ ਸਟਾਈਲ ਦੇ ਨਾਲ ਵੀ ਮੰਗ ਲਿਆ ਸਟਾਰਟਿੰਗ ਦੇ ਟਾਈਮ ਹੁੰਦਾ ਹਾਂ ਜਿਹੜੇ ਸਾਡਾ ਸਟਾਰਟਿੰਗ ਪੀਰੀਅਡ ਹੋਇਆ ਨਾ ਉਹਨੂੰ ਤਰਲੇ ਨਾਲ ਮੰਗਣਾ ਪੈਂਦਾ ਅੱਛਾ ਸਟਾਈਲ ਰਿਕੁਐਸਟ ਕਰਕੇ ਹਾਂ ਪਰਚੀ ਰੱਖ ਕੇ ਚਲ ਜਾਓ ਅੱਛਾ ਕਿਉਂਕਿ ਮੰਗਣਾ ਕੋਈ ਸਾਨੂੰ ਸਟਾਈਲ ਨਹੀਂ ਪਤਾ ਮੰਗੀ ਰੱਖਦਾ ਹਾਂ ਉਹ ਬਈ ਸਾਇਲੈਂਟ ਸਾਇਲੈਂਟ ਮੰਗਣਾ ਸਾਇਲੈਂਟ ਪਰ ਇਹ ਸਲਿੱਪ ਰੱਖੀ ਦੀ ਆ ਉਹ ਬੰਦਾ ਪੜਦਾ ਆ ਜੇ ਉਹਦੇ 'ਚ ਤਰਸ ਹੈਗਾ ਤੇ ਆਪ ਵੀ ਪੈਸੇ ਦੇ ਦੂੰਗਾ ਨਹੀਂ ਤਾਂ ਸਾਡੇ 10 ਰੁਪਏ ਵੀ ਖਰਾਬ ਕਰ ਦਿੰਦਾ ਪਰ ਕੀ ਬਾਹਰ ਸੁਣ ਦਿੰਦਾ ਠੀਕ ਹੈ ਤੇ ਇੱਕ ਦੂਜੇ ਨੰਬਰ 'ਤੇ ਕੀ ਸੀਗਾ ਦੂਜੇ ਦੀ ਮਜਬੂਰੀ ਦਿਖਾ ਦੂਜੇ ਦੀ ਮਜਬੂਰੀ ਉਹ ਕਈ ਵਾਰੀ ਅਸੀਂ ਕਰ ਲਈਦਾ ਜੀ ਕਿ ਹਾਂ ਵੀ ਉਹ ਜਾਏਗਾ ਮੇਰਾ ਇੱਕ ਦੋਸਤ ਹੈਗਾ ਜੀ ਉਹਦੇ 'ਚ ਫਿਰ ਪਾਰਟਨਰਸ਼ਿਪ ਹੋ ਜਾਂਦੀ ਹੈ ਦੋ ਬੰਦੇ ਰੱਖਣੇ ਪੈਂਦੇ ਮਤਲਬ ਕਿ ਦੋ ਬੰਦੇ ਰੱਖਣੇ ਪੈਂਦੇ ਖਾ ਕੇ ਵੀ ਲਾ ਕੇ ਟੁੱਟੇ ਜੀ ਬੜਾ ਗਰੀਬ ਹੈ ਕਰਦੇ ਜੀ ਕੁਛ
ਉਹਨੂੰ ਪੈਸੇ ਮਿਲਣੇ ਤੇ ਕਈ ਵਾਰੀ ਉਹਨੂੰ ਨਹੀਂ ਦਿੰਦਾ ਮੈਂ ਉਹ ਤੋਂ ਪਾਰਟਨਰਸ਼ਿਪ ਹਾਂਜੀ ਤੁਹਾਡੀ ਭੁਗਤੀ ਨਹੀਂ ਮਤਲਬ ਕਿ ਨਹੀਂ ਮੈਂ ਉਹਨੂੰ ਉੱਥੇ ਰੱਖਿਆ ਜੀ ਰੋਜ਼ ਹੀ ਉਹਦੇ ਤੇ ਮੰਨ ਲੈਂਦੇ ਠੀਕ ਹੈ ਜੀ ਆਪਸ਼ਨ ਡੀ ਰੋਗ ਨਾਲ ਆਪਸ਼ਨ ਡੀ ਰੋਗ ਨਾਲ ਫਿਰ ਜਦੋਂ ਸਾਨੂੰ ਐਕਸਪੀਰੀਅੰਸ ਹੋ ਜਾਂਦਾ ਨਾ ਜੀ ਮੰਗਣ ਦਾ ਹਾਂ ਤੇ ਫਿਰ ਅਸੀਂ ਸਾਨੂੰ ਪਤਾ ਲੱਗਾ ਵੀ ਕੀ ਹਿਸਾਬ ਕਿਤਾਬ ਹੈਗਾ ਠੀਕ ਹੈ ਫਿਰ ਅਸੀਂ ਜਾਣਾ ਜੀ ਮਤਲਬ ਜਿੱਦਾਂ ਫਿਰ ਜਿੱਦਾਂ ਫੋਰ ਐਗਜ਼ਾਂਪਲ ਬੱਸ ਦੇ ਵਿੱਚ ਮੈਂ ਮੰਗਣਾ ਜੀ ਮੈਂ ਹੁਣ ਬੱਸ ਦੇ ਵਿੱਚ ਇੱਥੇ ਜਾ ਕੇ ਐ ਨਹੀਂ ਕਰਨਾ ਜੀ ਹੁਣ ਪਤਾ ਲੱਗ ਗਿਆ ਐਕਸਪੀਰੀਅੰਸ ਹੋ ਗਿਆ ਮੈਂ ਇੱਕ ਵਾਰੀ ਇੱਦਾਂ ਕਰਕੇ ਚਲੇ ਜਾਣਾ ਜੀ ਫਿਰ ਮੈਂ ਵਾਪਸ ਜਾਣਾ ਫਿਰ ਮੈਂ ਇੱਦਾਂ ਕਰਨਾ ਉਹਨੇ ਕਹਿਣਾ ਕਿ ਮੈਂ ਕਿਹਾ ਤੈਨੂੰ ਦੱਸ ਕੇ ਨਹੀਂ ਗਿਆ ਮੈਂ ਥੋੜ੍ਹੀ ਜਿਹੀ ਬਾਅਦ ਮੰਗਣ ਆ ਰਿਹਾ ਠੀਕ ਹੈ ਯਾਨੀ ਕਿ ਤੁਹਾਡਾ ਪਸੰਦੀਦਾ ਦਾ ਕਿਹੜਾ ਕੰਮ ਹੈ ਜੀ ਫਿਰ ਰੋਬਣਾ ठीक हो गया बन गए कौन बनूगा पेट्रोलपति दे विजेता लो जी मैं कह जी कौन बनूगा पेट्रोलपति साडे मंगता चांद राज जी जित गए है मैं कह जी चांद राज जी थोनू जान के खुशी होगी भी थोड़े इलाके का मशहूर पेट्रोल पंप उत्थे थोनू बह के मंगन की इजाजत दी जाती है तुम उत्थे बह के मंग सकते हैं उन्होंने को 2 लीटर पेट्रोल मंग सकते हैं ये मर्जी उन्होंने है भी उन्होंने देना कि नहीं देना कौन बनूगा पेट्रोलपति अगली बारी लैके हाजिर होवांगे एक बार फिर तद तक लई इजाजत दिओ मैनूं टल्ली राम नूं।